અને મેરે તા 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 નું બિલકુલ انکار કરતા ઓના કહેવા તું આને મે پڑھન જાના તુ તેરિયા ફીસા કોણ પરેગા ખેતનો ਦਾ કામ તیرے બાપ દે સદકાઉન્ટ કરેગા જબ મે ફિર સોચે אבי મે પુત્રાને تے ખાસیاں પૂરیاں કાતે મે ਆપદી ખા જેડે મેરા વર્લ્ડ ચેમ્પિયન બનਦਾ સી ઓ તો મેઈ દા ખાસ વેચી રહેગી બાબાને કી પતા એ દોણા કિને લાગદિયા سارے ટીચરા કરન લાગ પડે હિંમત કરે ઇન્સાન તો ક્યા હો નહી સકતા હિંમતે ખરદ મજદા મзде ખુદા ਮੇਰਾ ਨਾਮ ਹੈ 인ਦਰ ਸਿੰਘ ਇਹ ਮੇਰੀ ਚਿੱਟੀ ਦਾੜੀ ਦੇਖ ਕੇ ਤੇ ਪਤਾ ਤੁਹਾਨੂੰ ਲੱਗ ਹੀ ਗਿਆ ਹੋਵੇਗਾ ਵੀ ਇਹ ਦੀ ਉਮਰ ਕਿੰਨੀ ਮੇਰੀ ਉਮਰ ਹੈ ਜੀ 88 ਸਾਲ ਮੈਂ 100 ਮੀਟਰ 200 ਮੀਟਰ ਤੇ ਲੰਮੀ ਸ਼ਾਲੇ ਤੇ ਐਸ਼ੀਅਨ ਚੈਂਪ ਚੈਂਪੀਅਨ ਆ ਕਹਾਣੀ ਸ਼ੁਰੂ ਹੁੰਦੀ ਹੈ ਮੇਰਾ ਪਿੰਡ ਪਾਕਿਸਤਾਨ ਤੇ ਬੀਆ ਸਿੰਘ ਵਾਲਾ ਤਸਵੀਰ ਚੂਣੀ ਜ਼ਿਲ੍ਹਾ ਲਾਹੌਰ ਤੇ ਰਹਿਣ ਵਾਲਾ ਸਾਂ ਤੇ ਮੇਰੇ ਮੇਰੀ ਉੱਥੇ ਮੈਂ ਨੌਵੀਂ ਚ ਪੜਦਾ ਸਾਂ ਸ਼ੌਕ ਸੀ ਮੇਰਾ ਭੱਜਣ ਦੌੜਨ ਦਾ ਮੈਂ ਸਾਰਾ ਦਿਨ ਇਹੋ ਹੀ ਕਰਦਾ ਕਿਸੇ ਨਾਸਤਰੀ ਅਸ ਮਾਰਕੀਟ ਪੰਜਾਂ ਦਾ ਫੜਦਾ ਨਾ ਮੈਂ ਫੜਿਆ ਨਹੀਂ ਸੀ ਕਿਸੇ ਕੋ ਜੰਦਾ ਤੇ ਚਾਣਕ ਚ ਮੈਂ ਪਰਦਾ ਸਾ ਤੇ ਮੁਜਾਬ ਦੀਆਂ ਵੰਡ ਹੁੰਦੀਆਂ ਗੱਲਾਂ ਸ਼ੁਰੂ ਹੋਣ ਲੱਗ ਪਈਆਂ ਉਹਦੀਆਂ ਉਹ ਇੱਕ ਦਿਨ ਆ ਗਿਆ ਜਦੋਂ 1947 ਆ ਗਿਆ ਉਸ ਵੇਲੇ ਪੰਜਾਬ ਦੀ ਵੰਡ ਹੋ ਗਈ ਲੈਂਦਾ ਤੇ ਚੜਦਾ ਪੰਜਾਬ ਬਣ ਗਿਆ ਉਸ ਵੇਲੇ ਸਾਰੇ ਇਹ ਐਲਾਨ ਹੋ ਚੁੱਕਾ ਸੀ ਕਿ ਜਿਹੜੇ ਲੋਕ ਪਾਕਿਸਤਾਨ ਦੇ ਰਹਿਣਗੇ ਇਹ ਲੈਂਦੇ ਪੰਜਾਬ ਚ ਰਹਿਣਗੇ ਉਹਨਾਂ ਨੂੰ ਇੰਵਰਸੀ ਕਾਨੂੰਨ ਇਹ ਤੇ ਮਲਾਂ ਵੜ ਦੇਣਗੇ ਉਹਨਾਂ ਨੂੰ ਰਹਿ ਨਹੀਂ ਦੇਣਾ ਸੋ ਅਸੀਂ ਇਹ ਸੇ ਗੱਲ ਵੇਖ ਕੇ ਤੇ ਅਸੀਂ ਵੀ ਤਿਆਰੀ ਕਰਤੀ ਤੇ ਵਿਚਾਰ ਦੇ ਪੰਜਾਬੇ ਛੱਡিয়ে ਅਸੀਂ ਜਦੋਂ ਘਰੋਂ ਨਿਕਲੇ ਨੇਰੀ ਰਾਤ ਉਹ 1947 ਦੀਆਂ ਰਾਤਾਂ ਮੈਂ ਵਜੇ ਨਹੀਂ ਪਹੁੰਚੀਆਂ ਤੇ ਜਦੋਂ ਅਸੀਂ ਘਰੋਂ ਨਿਕਲੇ ਰਸਤੇ ਵਿੱਚ ਲਾਸ਼ਾਂ ਲਾਸ਼ਾਂ ਪਈਆਂ ਸੀ ਖੂਨ ਖਰਾਬਾ ਚੱਲ ਰਿਹਾ ਸੀ ਪਰ ਬੜੇ ਲੜਕਾਰੇ ਵੱਜ ਰਹੇ ਸੀ ਅਸੀਂ ਦੁੱਖ ਤੇ ਸ਼ੁਭ ਤੇ ਅਸੀਂ ਬਾਡਰ ਪਾਰ ਕਰਕੇ ਇਸੀਂ ਹਿੰਦੁਸਤਾਨ ਵਿੱਚ ਆ ਗਏ ਜਦੋਂ ਅਸੀਂ ਹਿੰਦੁਸਤਾਨ ਵਿੱਚ ਆ ਗਏ ਤਾਂ ਮੇਰੀ ਸਾਨੂੰ ਜ਼ਮੀਨ ਪਿੰਡ ਰੱਤਾਖੇੜਾ ਤਸਵੀਰ ਮਲੂਟ ਜ਼ਿਲ੍ਹਾ ਮੁਸਰਸਾ ਵਿੱਚ ਅਲਾਟ ਹੋ ਗਈ ਇੱਕ ਸਾਲ ਦਾ ਮਾਹੌਲ ਸ਼ਮਤ ਜਦੋਂ ਹੋਇਆ ਸਾਲ ਮੋਰ ਮਾਹੌਲ ਸ਼ਮਤ ਹੋਇਆ ਤੇ ਮੇਰੇ ਮਾਪਿਆਂ ਨੇ ਮੈਨੂੰ ਸਕੂਲ ਚ ਪੜ੍ਹਨੇ ਪਾਤਾ ਸਕੂਲ ਪਿੰਡ ਤੋਂ ਬੜੀ ਦੂਰ ਸੀ ਇਸ ਵਾਸਤੇ ਮੇਰੇ ਮਾਪਿਆਂ ਨੇ ਇਹ ਸਹਾ ਕੀਤੀ ਵੀ ਇਹਨੂੰ ਉਥੇ ਹੋਸਟਲ ਚ ਰੱਖੀਏ ਕਿਉਂਕਿ ਮੇਰਾ ਵੀ ਚਾਹ ਸੀ ਇਹ ਵੀ ਉਸ ਟਚਾ ਤਾਂ ਮੈਨੂੰ ਖੇਡਣ ਨੂੰ ਟਾਈਮ ਮਿਲ ਜਾਣਾ ਜਦੋਂ ਮੈਂ ਉਥੇ ਨਵੀਂ ਸਕੂਲ ਚ ਦਾਖਲਾ ਲਿਆ ਤੇ ਮੈਂ ਗੇਮਾਂ ਖੇਡਣ ਲੱਗਾ ਤੇ ਲੋਕਾਂ ਨੇ ਵੇਖਿਆ ਮੇਰੀ ਤੇਜ਼ ਰਫ਼ਤਾਰ ਨੇ ਮੈਨੂੰ ਸਟਾਰ ਬਣਾ ਦਿੱਤਾ ਸਾਰੇ ਦਿੱਤੇ ਕਿਤੇ ਮੇਰੀਆਂ ਹੀ ਗੱਲਾਂ ਹੋਣ ਲੱਗ ਪਈਆਂ ਤੇ ਥੋੜੇ ਜਿਹੇ ਚਿਹਰੇ ਗੁਜ਼ਰਿਆ ਸੀ ਤੇ ਜੇ ਮੇਰੀ ਚਿੱਠੀ ਆ ਗਈ ਕਿ ਤੇ ਤੇ ਦਾ ਬਾਪ ਜਿਹੜਾ ਹੈ ਉਹ ਇਸ ਜਾਨ ਤੋਂ ਚਲਾ ਗਿਆ ਹੈ ਉਹ ਇਸ ਜਾਨ ਤੋਂ ਨਹੀਂ ਰਿਹਾ ਮੇਰੇ ਮਨ ਨੂੰ ਬੜਾ ਤਕਾ ਲਗਾ ਕਿ ਮੇਰੇ ਅੱਖਾਂ ਪਾ ਰਹੀਆਂ ਪਰ ਕੀ ਕੀਤਾ ਜਾਵੇ ਮੈਨੂੰ ਉਸ ਮਾਲ ਪੈ ਕਰਕੇ ਤੇ ਕਾਰ ਵਾਪਸ ਭੇਜ ਦਿੱਤਾ ਜਦੋਂ ਮੈਂ ਕਾਰ ਆਪਦੇ ਵਾਪਸ ਆ ਗਿਆ ਲੋਕ ਦਿਨ ਮਰਿਆ ਤੇ ਮੈਂ ਅਖਿਆ ਆਖਿਆ ਆਪਦੇ ਚਾਚਾ ਤਾਇਆ ਨੂੰ ਵੀ ਮੈਨੂੰ ਵਾਪਸੀ ਕਰ ਦਿਓ ਉਥੇ ਮੇਰੀ ਪੜਾਈ ਦਾ ਹੜ ਜਾਂਦਾ ਮੇਰੀਆਂ ਖੇਡਾਂ ਦਾ ਹੜ ਜਾਂਦਾ ਪਰ ਮੇਰੇ ਚਾਚਾ ਤਾਇਆ ਨੂੰ ਬਿਲਕੁਲ ਇਨਕਾਰ ਕਰਤਾ ਉਹਨਾਂ ਆਖਿਆ ਤੂੰ ਆਣਾ ਮੈਂ ਪੜਨ ਜਾਣਾ ਅੱਤ ਤੇਰੀਆਂ ਫੀਸਾਂ ਕੌਣ ਭਰੇਗਾ ਖੇਤਾਂ ਦਾ ਕੰਮ ਤੇਰੇ ਬਾਅਦ ਦੇ ਸਦਾ ਕਾਉਂਟ ਕਰੇਗਾ ਅਸੀਂ ਤਾਂ ਨਹੀਂ ਚੰਨ ਕਰਨਾ ਚਲੋ ਮੰਦਰਾ ਸਾਹ ਦਾ ਬੱਚਾ ਕਰ ਵੀ ਕੀ ਸਕਦਾ ਮੈਂ ਬੇਚੈਰਾ ਤਰਲਾ ਰਿਆ ਪਰ ਕਿਸੇ ਨੇ ਮੇਰੇ ਕਿਸੇ ਨੇ ਨਹੀਂ ਸੁਣੀ ਉਹਨਾਂ ਹੀ ਦਿਨਾਂ ਦੇ ਵਿੱਚ ਮੇਰੇ ਚਾਤੇ ਨੰਬਰਦਾਰ ਨੇ ਮੇਰੀ ਮਾਤਾ ਕੋਲੋਂ ਜ਼ਮੀਨ ਦੇ ਕਾਗਜ਼ਾਤ ਉਠਾ ਲਵਾ ਲਿਆ ਜਲਦੀ ਉਠਾ ਲਵਾ ਕੇ ਤੇ ਉਹਨੇ ਮੇਰੀ ਜ਼ਮੀਨ ਤੇ ਸਾਡੀ ਜ਼ਮੀਨ ਤੇ ਕਬਜ਼ਾ ਵੀ ਕਰ ਲਿਆ ਦੀ ਜ਼ਮੀਨ ਤੇ ਜੇਕ ਵੀ ਤੇ ਕਬਜ਼ਾ ਕਰ ਲੈ ਜਸੂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤੇ ਘਰ ਚ ਵੰਡੀਆਂ ਪੈ ਗਈਆਂ ਤੇ ਮੈਨੂੰ ਉਹ ਖੇਤਾਂ ਦੇ ਕੰਮਾਂ ਵਾਲੇ ਟੋਰੀਆ ਪਰ 15 ਸਾਲ ਦਾ ਬੱਚਾ ਕੀ ਕਰ ਸਕਦਾ ਸੀ ਮੈਂ ਹਰ ਕੇ ਮਿੱਦ ਛੱਡ ਦਿੱਤੀ ਤੇ ਮੈਂ ਕੰਮ ਨਹੀਂ ਲੱਗ ਪਿਆ ਮੇਰੀ ਮੈਨੂੰ ਦਿਸ਼ਾ ਪਿਆ ਸੀ ਕਿ ਮੇਰੀ ਜਿਹੜੀ ਮਾਤਾ ਹੈ ਇਹ ਵੀ ਬਾਬਾ ਉਮਰ ਹੋ ਗਈ ਹੈ ਤੇ ਜੋ ਮੇਰੀਆਂ ਭੈਣਾਂ ਵੀ ਕੁਆਰੀਆਂ ਨੇ ਤੇ ਮੈਂ ਇਹ ਦਿਨ ਕੱਟਨੇ ਬਹੁਤ ਔਖੇ ਹੋ ਗਏ ਨੇ ਇਹ ਨਹੀਂ ਕੱਟੇ ਜਾਣੇ ਮੈਂ ਜੇ ਛੱਡ ਕੇ ਤੇ ਖੇਤਾਂ ਦੇ ਕੰਮ ਤੇ ਲੱਗ ਪਿਆ ਕਿਉਂਕਿ ਹੋਰ ਆਖਣ ਵਾਲਾ ਕੋਈ ਨਹੀਂ ਸੀ ਉਸ ਫਿਰ ਮੇਰੇ ਸਿਰ ਤੇ ਸਾਰਾ ਹੋਰ ਕੋਈ ਨਹੀਂ ਸੀ ਮੇਰਾ ਭੈਣ ਤੇ ਮਾਂ ਹੀ ਸੀ ਫਿਰ ਉਹ ਜਿਵੇਂ ਖੇਤਾਂ ਦੇ ਕੰਮ ਤੇ ਲੱਗ ਗਿਆ ਮੈਂ ਮਿਹਨਤ ਕਰਨ ਲੱਗ ਪਿਆ ਹਿੰਮਤ ਕਰੇ ਇਨਸਾਨ ਤੋਂ ਕੀ ਹੋ ਨਹੀਂ ਸਕਦਾ ਹਿੰਮਤੇ ਖਰ ਮਜ਼ਦਾ ਮਜ਼ਦੇ ਖੁਦਾ ਜਿੰਦੀ ਮਜ਼ਦੂਰ ਨੂੰ ਖੁਦਾ ਕਰਦਾ ਜਿਹੜੇ ਆਪ ਦੀ ਆਪ ਮਦਦ ਕਰਦਾ ਮੈਂ ਆਪ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਮੈਂ ਵਾਈ ਜਾਬ ਕੇ ਕੀਤੀ ਕਰਾਇਆ ਵਾਏ ਦੋਦੇਵਿਚਾ ਬੋਲਕੋਸਕੀ ਤਾਂ ਮੇਰੀ ਉਹਲੀ ਉਹ ਪਟੜੀ ਜਿਹੜੀ ਤੇ ਪਟੜੀ ਤੇ ਗੱਡੀ ਆਗਲੀ ਤੇ ਆ ਗਈ ਗੱਡੀ ਮੇਰੇ ਕੋਲ ਪੈਸਾ ਬਹੁਤ ਹੋ ਗਿਆ ਮੈਂ ਫਿਰ ਆਪਣੀਆਂ ਭੈਣਾਂ ਦਾ ਵਿਆਹ ਕੀਤਾ ਫਿਰ ਆਪਦਾ ਵਿਆਹ ਕਰਾਇਆ ਤੇ ਪਰਮਾਤਮਾ ਨੇ ਰੱਬ ਨੇ ਮੈਨੂੰ ਪੁੱਤਰਾਂ ਦੀ ਦਾਤ ਬਖਸ਼ੀ ਪੁੱਤਰਾਂ ਨੂੰ ਦਾਤ ਬਖਸ਼ੇ ਪੁੱਤਰਾਂ ਨੇ ਪੜਾਇਆ ਲਿਖਾਇਆ ਤੇ ਦੋਹਾਂ ਨੂੰ ਸਰਕਾਰੀ ਨੌਕਰੀ ਵੀ ਲੁਆਈ ਤੇ ਉਹਨਾਂ ਨੂੰ ਸਾਰੇ ਚੰਗੇ ਟਿਕਾਣੇ ਤੇ ਲਾ ਦਿੱਤਾ ਨਹੀਂ ਇੰਨੀਆ ਗਿਣਾ ਕਰਦੇ ਕਿ ਜਦ ਮੈਂ ਫਿਰ ਸੋਚਿਆ ਵੀ ਮੈਂ ਪੋਤਰਾਂ ਨੂੰ ਤੇ ਖਾਸ਼ੀਆਂ ਪੂਰੀਆਂ ਕਰਦੇ ਮੈਂ ਆਪਦੀ ਖਾ ਜਿਹੜੇ ਮੇਰੇ ਵਰਲਡ ਚੈਂਪੀਨ ਬਣਦਾ ਸੀ ਉਹ ਤਾਂ ਮੇਰੀ ਤਾਂ ਖਾਸ਼ ਵਿੱਚ ਹੀ ਰਹੇਗੀ ਇੱਕ ਦਿਨ ਮੇਰੇ ਪੋਤਰੇ ਨੇ ਮੈਨੂੰ ਮੇਲੇ ਤੇ ਲੈ ਗਿਆ ਮੇਲੇ ਤੇ ਜਾ ਕੇ ਵੇਖਿਆ ਤੇ ਮੇਰੀ ਉਮਰ ਦੇ ਖਿਡਾਰੀ ਛਾਲਾਂ ਦੌੜਾਂ ਲਾਉਂਦੇ ਸੀ ਤੇ ਬੜੇ ਖੁਸ਼ ਭੱਜੇ ਫਿਰਦੇ ਸੀ ਉਹਨਾਂ ਨੂੰ ਵੇਖ ਕੇ ਮੇਰੇ ਮਨ ਚੋਂ 15 ਸਾਲ ਵਾਲਾ ਬੱਚਿਆਂ ਵਾਲਾ ਜਿਹੜਾ ਟਾਈਮ ਸੀ ਮੇਰੇ ਮਨ ਚੋਂ ਆ ਗਏ ਤੇ ਤੇ ਮੈਂ ਕਈ ਗੱਲਾਂ ਸੋਚ ਲਾ ਪਿਆ ਕਿ ਅੱਜ ਮੈਂ ਇਸ ਤਰ੍ਹਾਂ ਖੇਡਦਾ ਰਹਿੰਦਾ ਤੇ ਮੈਂ ਬੜ ਚੈਂਪੀਅਨ ਬਣਨਾ ਸੀ ਤੇ ਮੈਂ ਕੀਤਾ ਉਹ ਹੋ ਕਿੱਥੇ ਸਾਂ ਤੇ ਕਿੱਥੇ ਆ ਗਏ ਮੇਰੇ ਪੋਤਰੇ ਮਨਵਾਕਾ ਬਾਪੂ ਜੀ ਦਾਦਾ ਜੀ ਇੱਕ ਹੀ ਗੱਲ ਤੁਸੀਂ ਉਹ ਕਹਾਂਗੇ ਠੰਡਾ ਲਿਆ ਉਹ ਮੈਂ ਆਖਿਆ ਪਈਆ ਸਾਰੀ ਗੱਲ ਮੈਂ ਉਹਨੇ ਸੁਣਾ ਦਿੱਤੀ ਉਹ ਆਂਦਾ ਚੱਲ ਫਿਰ ਆਪਾਂ ਇਹਨਾਂ ਨੂੰ ਪੁੱਛਣੇ ਖਿਡਾਰੀਆਂ ਨੂੰ ਸਿਆਣੇ ਦਾ ਖਾਨ ਹੈ ਗੱਲ ਕਰੀਏ ਕਿਸੇ ਕੋਲ ਤੇ ਗੱਲ ਦਾ ਪਤਾ ਲੱਗਦਾ ਹੈ ਗੱਲ ਕੀਤੀ ਉਹਨਾਂ ਕੋ ਬਾਜ਼ ਪਾਈ ਤੇ ਉਹਨਾਂ ਖਿਡਾਰੀਆਂ ਆਖਿਆ ਇਤ ਆਇਕ ਵਜੈ ਨੂੰ ਮਾ ਜ਼ਿਲ੍ਹਾ ਸੰਗਰੂਰ ਤੇ ਮਾ ਮੌਸੂਮਾਨ ਸਾਹਿਬ ਉਹ ਬਜ਼ੁਰਗਾਂ ਦਾ ਟੂਰਨਾਮੈਂਟ ਹੋ ਰਿਹਾ ਜੋ ਆ ਗਿਆ ਆ ਕੇ ਮੈਂ ਅਪਸਾ ਢੀਕੇ ਹਫਤੇ ਤੇ ਢੀਕੇ ਮੈਂ ਜਿਸ ਦਿਨ ਟਾਈਮ ਸੀ ਮੈਂ ਉੱਥੇ ਚਲਾ ਗਿਆ ਜਾ ਕੇ ਕੀ ਵੇਖਿਆ ਉਥੇ ਜਿਹੜੇ ਖਿਡਾਰੀ ਸੀ ਮੇਰੀ ਉਮਰ ਦੇ بڑے ਖਿਡਾਰੀ ਸੀ ਉਹ ਬੜੇ ਟਿਪ ਟਾਪ ਤੇ ਉਹਨਾਂ ਟਰੈਕ ਸੂਟ ਪਾਏ ਸੀ ਨਿਕਰਾਂ ਪਾਈਆਂ ਸੀ ਬੜੇ ਗੀਆਂ ਮਾਰ ਰਹੇ ਸੀ ਤੇ ਮੈਂ ਇੱਕ ਸਾਦਾ ਜਿਹਾ ਕੱਪੜੇ ਦੇ ਮੈਂ ਚਾਦਰਬਦੀ ਪੁਰਾਣੇ ਲਿਬਾਸੇ ਪੁਰਾਣੇ ਸਭਿਆਚਾਰ ਚ ਮੈਂ ਉੱਥੇ ਚਲਾ ਗਿਆ ਉੱਥੇ ਵੇਖ ਕੇ ਮੈਨੂੰ ਸਾਰੇ ਤਾੜੀਆਂ ਮਾਰਦੇ ਅਸਨ ਬਾਬਾ ਬਾਬੇ ਨੂੰ ਕੀ ਪਰਾਏ ਦੇ ਦੌੜਾ ਕਿਵੇਂ ਲਾਦੀਆਂ ਸਾਰੇ ਟੀਚਰਾਂ ਕਰਨ ਲੱਗ ਪਏ ਉਹ ਖਰ ਮੈਨੂੰ ਲੈਨ ਚ ਬਾਜ ਮਜ ਵੀ ਮੈਂ ਲੈਨ ਚ ਜਾ ਕੇ ਖੜੋ ਗਿਆ ਲੈਨ ਚ ਖੜੋ ਗਿਆ ਤੇ ਜੇ ਚੜ ਗੋਲੀ ਚਲੀ ਉਹਦੇ ਤੁੰਚੇ ਲੈ ਖੜਾ ਕਾਇਆ ਗੋਲੀ ਦਾ ਤੇ ਮੈਂ ਭੱਜ ਉੱਠਿਆ ਜਿਸਨੇ ਮੈਂ ਭੱਜਿਆ ਤੇ ਮੇਰੇ ਮੈਂ ਇੰਨੀ ਤੇਜ਼ ਤਰਾਰ ਭੱਜਿਆ ਤੇ ਮੇਰੇ ਮਗਰ ਮੈਂ ਦੇਖਿਆ ਕਿ ਵੀ ਨਹੀਂ ਸੀ ਆਉਂਦਾ ਮੈਨੂੰ ਜਾਂਦਾ ਵੀ ਜਾਂਦਾ ਸੀ ਆਸਰਾ ਵੀ ਜਾਂਦਾ ਸੀ ਮਨ 'ਚ ਕਈ ਵਿਚਾਰ ਆਉਂਦੇ ਸੀ ਮੇਰੇ 'ਚ ਵੀ ਮੈਂ ਤੇ ਇਹ ਵੀ ਨਹੀਂ ਮੈਨੂੰ ਪਤਾ ਲੱਗ ਕਿਹੜੇ ਵੇਲੇ ਮੇਰੀ ਉਹ ਜਿਹੜੀ ਤਾਣ ਖਤਮ ਹੋ ਗਈ ਉਹ ਜਿੱਤ ਮੈਨੂੰ ਉਹ ਦਿਨ ਜੇ ਤਜੇ ਤੇ ਕਹਿੰਨੀ ਪੁੱਲਦੀ ਬੜੀ ਫੀਲਿੰਗ ਆਈ ਮੈਨੂੰ ਉਸ ਜਿੱਤ ਨੇ ਮੈਨੂੰ ਸਟਾਰ ਹੀ ਬਣਾ ਦਿੱਤਾ ਉਸ ਦਿਨ ਤੋਂ ਬਾਅਦ ਮੈਂ ਬੜੀਆਂ ਨੈਸ਼ਨਲ ਵੀ ਖੇਡਿਆ ਇੰਟਰਨੈਸ਼ਨਲ ਵੀ ਖੇਡਿਆ ਇਹ ਉਹ ਜਿੱਤ ਜਿਹੜੀ ਮੈਨੂੰ ਉਹ ਜਿੱਤ ਨਹੀਂ ਭੁੱਲਦੀ ਜਿੱਤਣ ਵਾਸਤੇ ਟ੍ਰੈਕ ਪੱਟ ਨਹੀਂ ਕੋਈ ਲੋਣੀ ਚੰਪਣ ਵਾਸਤੇ ਟ੍ਰੈਕ ਪੱਟ ਨਹੀਂ ਕੋਈ ਲੈਣੀ ਤੇ ਜਿੱਤ ਲੱਤਾਂ ਵਿੱਚ ਜਾਨ ਹੋਈ ਚਾਹੀਦੀ ਹੈ ਜਿੱਤੇ ਉਹਨੇ ਜਿਨ੍ਹਾਂ ਦੇ ਸੁਫਾਂ ਚੋ ਡਾਣ ਹੋਵੇ ਜਿਨ੍ਹਾਂ ਸੋ ਖਾ ਖਾਬਾਂ ਸਾਰਿਆਂ ਨੂੰ ਖੰਭ ਲੱਗਦੇ ਨੇ ਪਰ ਉੱਡ ਉਹ ਹੀ ਸਕਦੇ ਜਿਨ੍ਹਾਂ ਉਡਣ ਦੀ ਜਾਚ ਹੋਵੇ ਫਿਰ ਮੈਂ ਉੱਡ ਕੇ ਹੀ ਵਿਖਾ ਦਿੱਤਾ ਜਿੱਤਣ ਵਾਸਤੇ ਕੋਈ ਉਮਰ ਦੀ ਟਾਈਮ ਨਹੀਂ ਹੁੰਦਾ ਇਹ ਜਦੋਂ ਮਰਜੀ ਭੱਜ ਸਕਣੇ ਆ ਜਿਹਨੇ ਜਿਹੜਾ ਕੋਈ ਮਿਹਨਤ ਕਰੇਗਾ ਮਿਹਨਤ ਨਾਲ ਹੀ ਸਾਰਾ ਪਾਪ ਪੇੜਾ ਹੁੰਦਾ ਹੈ ਤੇ ਮੈਂ ਸਾਰਿਆਂ ਨੂੰ ਇਹ ਸਿਰੋਤਿਆਂ ਨੂੰ ਆਨਾ ਖਾਸ ਕਰਕੇ ਜਿਹੜੇ ਸਕੂਲਾਂ ਵਿੱਚ ਪੜਦੇ ਬੱਚੇ ਨੂੰ ਆਪਦੀ ਸਿਹਤ ਸਿਹਤ ਰੱਖਣ ਵਾਸਤੇ ਫਿੱਟਣ ਵਾਸਤੇ ਦੌੜਾਂ ਗੇਮਾਂ ਕਰੋ ਤੇ ਮਾਪਿਆਂ ਦਾ ਵੀ ਨਾਮ ਰੌਸ਼ਨ ਹੋਵੇ ਤੇ ਪਾਡਾ ਵੀ ਨਾਮ ਰੌਸ਼ਨ ਹੋਵੇ ਤੇ ਸਾਰੇ ਪੰਜਾਬ ਦਾ ਵੀ ਨਾਮ ਰੌਸ਼ਨ ਹੋਵੇ ਇੰਡੀਆ ਦਾ ਨਾਮ ਹੋਵੇ ਰੌਸ਼ਨ ਹੋਵੇ ਇਹ ਇੰਡੀਆ ਪੰਜਾਬ ਉਹ ਪੰਜਾਬ ਹੈ ਜਿੰਦੇ ਐਡੇ ਐਡੇ ਖਿਡਾਰੀ ਪੈਦਾ ਹੋਏ ਨੇ ਜਿੰਨੇ ਚਾ ਐਡੇ ਡੇ ਰਖੀ ਨਹੀਂ ਪੂਰੇ ਪਰ ਅੱਜ ਇਹ ਸਾਥ ਪੰਜਾਬ ਨੂੰ ਪਤਾ ਨਹੀਂ ਕੀ ਨਜ਼ਰ ਲਾ ਗਈ ਏ ਇਸ ਪੰਜਾਬ ਦਾ ਕੋਈ ਬੰਦਾ ਅੱਗੇ ਆ ਹੀ ਨਹੀਂ ਰਿਹਾ ਕੋਈ ਤਾਂ ਪਤਾ ਨਹੀਂ ਕੀ ਸਰਕਾਰਾਂ ਨੂੰ ਹੋ ਗਿਆ ਸਰਕਾਰਾਂ ਨੇ ਕੁਝ ਮਦਦ ਕਰਦੀਆਂ ਤੇ ਕੁਝ ਲੋਕਾਂ ਨੂੰ ਨਸ਼ਿਆਂ ਨੇ ਗ੍ਰਸਤ ਕਰ ਲਿਆ ਇਸ ਵਾਸਤੇ ਅਸੀਂ ਮੈਂ ਤਾਂ ਇਹ ਗੱਲਾਂ ਨਸ਼ੇ ਛੱਡੋ ਕੋੜ ਵੜੋ ਤੇ ਗੇਮਾਂ ਵਲੇ ਪਜੋ ਤੇ ਤੁਹਾਨੂੰ ਮਾਰ ਇੱਕ ਕਾਮਯਾਬ ਬਖਸ਼ ਜਵਾਨੀਆਂ ਮਾਣੋ ਤੇ ਮੌਜਾਂ ਕਰੋ